Thank you.
সারা করতে হ্যাঁ ਕਹਿੰਦਾ ਸਾਰਾ ਕੁਝ ਮੈਂ ਪੇ ਕਰਨਾ ਤੇ ਕਹਿੰਦਾ ਕਹਿੰਦਾ ਯਾਰ ਕੁਝ ਤੁਸੀਂ ਕਰੋਗੇ ਗੁਨਾਹ ਹੁੰਦਾ ਮੈਂ ਬਹੁਤ ਵੱਡਾ ਗੁਨਾਹ ਆ ਕਹਿੰਦੇ
Thank you.
ਮਤਲਬ ਉਹ ਨਹੀਂ ਕਰ ਸਕਦਾ, ਸਖਤੀ ਨਹੀਂ ਕਰ ਸਕਦਾ। ਯਾਰ ਜਿਸ ਬੰਦੇ ਨੇ ਜਿਹਦੇ ਅਗਲੇ ਬੰਦੇ ਨੇ ਆਖਿਆ ਮੈਨੂੰ ਯਾਰ ਤੇਰਾ ਵਿਆਹ ਕਰ ਤੈਨੂੰ ਮੈਂ ਖੁਸ਼ ਕਰਾਂ, ਤੂੰ ਪੈਸੇ ਲੈ ਕੇ ਦਿੱਤੇ ਅਤੇ ਬਸ ਗੱਲ ਠੀਕ ਹੈ, ਨਾਲੇ ਉਹਨੂੰ ਖੁਦ ਕਹਿ ਦਿੱਤਾ ਕਿ ਠੀਕ ਹੈ ਕੁਛ ਲੈ ਲਵੇ, ਅਤੇ ਹੁਣ ਇਹਦੇ ਵਿੱਚ ਅਗਰ ਉਹ 80% ਰੱਖਦਾ ਰੱਖਦਾ ਤਾਂ 10-15% ਤਾਂ ਲੈਣਾ ਪੈਂਦੇ ਆ ਨਾ। ਨਹੀਂ ਨਹੀਂ ਲਾਈਨ ਤਾਂ ਲਿਆਂਦਾ ਉਹਨੂੰ ਮੈਂ ਯਾਰ, ਦੇਖ ਮੇਰੀ ਗੱਲ ਸੁਣੋ, ਉਹਨੂੰ ਪਹਿਲੇ ਦਿਨ ਜਿਸ ਦਿਨ ਪੁੱਛੋ ਮੈਂ ਕਿਹਾ ਮੈਨੂੰ $3500 ਤੋਂ ਬਾਅਦ ਜਿੰਨੇ ਵੀ ਪੈਸੇ ਉਹ ਤੇਰੇ ਆ, ਤੇਰੀ ਤੂੰ ਆਪਣੀ ਮਿਹਨਤ ਨਾਲ ਕਰਨਾ ਪਿਆ, ਤੂੰ ਆਪਣੇ ਹਿਸਾਬ ਕਰਨ ਨਾਲ ਦਿੰਦਾ ਮੈਂ। ਉਸ ਤੋਂ ਬਾਅਦ ਸਾਤ ਉਹਨੇ ਦੁਬਾਰਾ ਪੁੱਛਿਆ, ਉਸ ਤੋਂ ਬਾਅਦ ਤੂੰ ਉਹਨੇ ਥੋੜ੍ਹਾ ਜਿਹਾ ਫਿਰ ਹੋ ਗਿਆ, ਉਹ ਕਹਿੰਦਾ ਕਿ ਉਹਨੇ ਇਹ ਵੀ ਨਹੀਂ ਆਖਿਆ ਕਿ ਨਹੀਂ ਨਹੀਂ ਮੈਂ ਨਹੀਂ ਦੇਣਾ। ਆਖਦਾ ਯਾਰ ਭਾਈ ਤੂੰ ਚੰਗਾ ਨਹੀਂ ਲੱਗੇਗਾ, ਫਲਾਣੇ ਚੰਗਾ ਨਹੀਂ ਲੱਗੇਗਾ, ਥੋੜ੍ਹਾ ਜਿਹਾ ਨਾ ਕਨਫਿਊਜ਼ ਜਿਹਾ ਹੋ ਗਿਆ ਉਹ।
ਤਾਂ ਮੈਂ ਇਸ ਵਾਸਤੇ ਆਉਂਦਾ ਕਿ ਉਹ ਤੂੰ ਤੂੰ ਉਹਦੀ ਕੋਈ ਫਿਕਰ ਨਾ ਕਰ, ਤੂੰ ਆਫਰ ਕਰ ਮੇਰੇ ਪੈਸੇ, ਕੋਈ ਐਸੀ ਗੱਲ ਨਹੀਂ। ਪਹਿਲਾਂ ਤਾਂ ਅਸੀਂ ਨਾ ਤਾਂ ਅਸੀਂ ਦੱਸਦੇ ਨਹੀਂ ਕਿ ਇਹਦੇ ਤੋਂ ਰੱਖਣਾ ਸੀ, ਕਿ ਚਲੋ ਜੀ ਬਾਅਦ ਪਤਾ ਚੱਲੇਗਾ ਤੁਹਾਨੂੰ ਬੋਲਣਾ, ਅਤੇ ਹੁਣ ਤੁਹਾਨੂੰ ਦੱਸਿਓ ਨਾ ਸਾਰਾ ਕੁਛ। ਹਾਂਜੀ ਤੇਲ ਦਾ ਸਹੀ ਹੈ।